ਦੇਖੋ ਮੈਂ ਤੁਹਾਡਾ ਆਪਣਾ ਪੰਜਾਬੀ ਗਾਇਕ ਸਿਮਰਿੰਦਰ ਪਾਂਚੀ ਅੱਜ ਮੈਨੂੰ ਬਹੁਤ ਖੁਸ਼ੀ ਆ ਸਾਡੇ ਬਹੁਤ ਰਿਸਪੈਕਟਡ ਔਰ ਬਹੁਤ ਸਤਿਕਾਰਯੋਗ ਪੰਜਾਬੀ ਕਮੇਡੀ ਦੇ ਕਿੰਗ ਸੁਰਿੰਦਰ ਪ੍ਰਸ਼ਤਾ ਜੀ ਔਰ ਘੁੱਲੇ ਸ਼ਾਹ ਜਿਨ੍ਹਾਂ ਨੂੰ ਦੂਰਦਰਸ਼ਨ ਤੋਂ ਲੈ ਕੇ ਹੁਣ ਦੇ ਮੀਡੀਆ ਤੱਕ ਸਾਰੇ ਲੋਕਾਂ ਨੇ ਬਹੁਤ ਭਰਮਾ ਰੱਜਮਾ ਪਿਆਰ ਦਿੱਤਾ ਦਿਲੋਂ ਇਹਨਾਂ ਦੀ ਕਮੇਡੀ ਦਾ ਆਨੰਦ ਮਾਣਿਆ ਔਰ ਸਾਫ਼ ਸੁਥਰੀ ਕਮੇਡੀ ਰਾਹੀਂ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਆ ਔਰ ਇਹਨਾਂ ਨੂੰ ਮਣਾ ਮੂਹੀ ਉਹਦੇ ਬਦਲੇ 'ਚ ਪਿਆਰ ਮਿਲਿਆ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਆ ਕਿ ਫਰਿਸ਼ਤਾ ਸਾਹਿਬ ਸਾਡੇ ਨਾਲ ਅੱਜ ਬੈਠੇ ਆ ਅਤੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਸਾਡੇ ਨਾਲ ਮੇਰੇ ਭਾਅ ਜੀ ਗੁਰਦੀਪ ਸੰਧੂ ਸਾਹਿਬ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਮਨੋਹਰ ਧਾਲੀਵਾਲ ਸਾਹਿਬ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਯਾਦਗਾਰੀ ਵੀਡੀਓ ਅੱਜ ਅਸੀਂ ਬਣਾ ਰਹੇ ਹਾਂ ਅਤੇ ਮੈਂ ਫਰਿਸ਼ਤਾ ਸਾਹਿਬ ਦਾ ਧੰਨਵਾਦ ਕਰਦਾ ਤੁਸੀਂ ਦੋ ਸ਼ਬਦ ਜ਼ਰੂਰ ਬੋਲੋ ਕਿਆ ਮਿਹਰਬਾਨੀ ਸ਼ੁਕਰੀਆ ਦੋ ਸ਼ਬਦ ਹੋ ਗਏ ਜੀ ਕਿਆ ਬਾਤ ਹੈ ਜੀ ਥੋੜ੍ਹਾ ਜਿਹਾ ਹੋਰ ਬੋਲੋ ਸਤਿ ਸ਼੍ਰੀ ਅਕਾਲ ਨਮਸਕਾਰ ਨਮਸਤੇ ਅਦਾਬ ਮੈਂ ਤੁਹਾਡਾ ਆਪਣਾ ਸੁਰਿੰਦਰ ਫਿਸ਼ਤਾ ਘੁੱਲੇ ਸ਼ਾਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਸੁਖੀਜਾ ਸਾਹਿਬ ਜਿਹੜੇ ਬਹੁਤ ਸਾਰੇ ਅਖਬਾਰਾਂ ਦੇ ਪ੍ਰੈਸ ਰਿਪੋਰਟਰ ਨੇ ਔਰ ਉਹਨਾਂ ਦੀ ਬੇਟੀ ਦਾ ਅੱਜ ਵਿਆਹ ਹੈ ਇੱਥੇ ਵਿਆਹ 'ਤੇ ਇਕੱਠੇ ਹੋਏ ਹਾਂ ਸਾਡੇ ਸੁਖਵਿੰਦਰ ਪੰਛੀ ਸਦਾਬਹਾਰ ਕਲਾਕਾਰ ਔਰ ਅੱਜ ਤੱਕ ਇਹਨਾਂ ਦੇ ਗਾਣੇ ਚੱਲ ਰਹੇ ਨੇ ਚੱਲੇ ਮੁੰਡਿਆਂ ਹੁਣੇ ਬਰਾਤ ਆ ਸੀ ਬਾਹਰ ਉਹ ਬੈਂਡ ਵਾਲੇ ਇਹਨਾਂ ਦਾ ਗਾਣਾ ਉਹਨਾਂ ਨੂੰ ਥੋੜ੍ਹਾ ਪਤਾ ਸੀ ਪੰਛੀ ਇੱਥੇ ਆਇਆ ਪਰ ਇਹ ਲੋਕਾਂ ਦਾ ਪਿਆਰ ਹੈ ਇਹਨਾਂ ਦੇ ਗਾਣੇ ਅਮਰ ਹੋ ਗਏ ਨੇ ਔਰ ਵਾਕਈ ਲੋਕ ਪਿਆਰ ਕਰਦੇ ਇਹਨਾਂ ਨਾਲ ਇਹ ਸਾਡੇ ਮਨੋਹਰ ਧਾਲੀਵਾਲ ਜੀ ਪ੍ਰੈਸ ਰਿਪੋਰਟਰ ਨੇ ਨਾਲ ਪ੍ਰਮੋਟਰ ਨੇ ਨਾਲ ਪ੍ਰੋਡਿਊਸਰ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਇਹਨਾਂ ਨੇ ਚਾਂਸ ਦਿੱਤਾ ਪ੍ਰਮੋਟ ਕੀਤਾ ਔਰ ਮੇਰੇ ਨਾਲ ਇੱਧਰ ਬੈਠੇ ਨੇ ਬਹੁਤ ਹੀ ਵਧੀਆ ਕਲਾਕਾਰ ਬਾਲੀਵੁੱਡ ਦੇ ਆਰਟਿਸਟ ਅਸੀਂ ਇਕੱਠੇ ਹਾਂ ਬਹੁਤ ਫਿਲਮਾਂ ਕੀਤੀਆਂ ਇਹ ਐਜ਼ ਐਨ ਹੀਰੋ ਪੰਜਾਬੀ ਫਿਲਮ 'ਚ ਆ ਰਹੇ ਨੇ ਇੱਕ ਫਿਲਮ ਭੋਜਪੁਰੀ ਬਣੀ ਉਹਦੇ 'ਚ ਵੀ ਇੰਨਾ ਕੰਮ ਕੀਤਾ ਹੋਰ ਵੀ ਕਈਆਂ ਫਿਲਮਾਂ 'ਚ ਇੱਕ ਫਿਲਮ ਇਹਨਾਂ ਡਾਇਰੈਕਟ ਕੀਤੀ ਹੈ ਉਹ 'ਚ ਵੀ ਮੈਂ ਰੋਲ ਕੀਤਾ ਅਤੇ ਉੱਦਾਂ ਹਾਂਜੀ ਨਮੂਨੇ ਹਾਂਜੀ ਅਤੇ ਬਾਕੀ ਦੋ ਮਹੀਨੇ ਤੱਕ ਇੱਕ ਖੁਸ਼ਖਬਰੀ ਦਾ ਦਿਆਂਗੇ ਇਹ ਤਹਿਸੀਲਦਾਰ ਬਣਨ ਵਾਲੇ ਨੇ ਔਰ ਅਸੀਂ ਪਹਿਲਾਂ ਹੀ ਕਹਿਤਾ ਇਹਨਾਂ ਨੂੰ ਉਹ ਪੂਰਾ ਹੋਏਗਾ ਕੰਮ ਪਰਮਾਤਮਾ ਦੀ ਕਿਰਪਾ ਅਤੇ ਬਾਕੀ ਅੱਜ ਇੱਥੇ ਆ ਕੇ ਮਨ ਖੁਸ਼ ਹੋਇਆ ਪੁਰਾਣੇ ਮਿੱਤਰ ਮਿਲੇ ਨੇ ਔਰ ਇਸ ਤਰ੍ਹਾਂ ਹੀ ਕਲਾਕਾਰ ਕੋਲ ਟਾਈਮ ਨਹੀਂ ਹੁੰਦਾ ਇਹੋ ਹੀ ਟਾਈਮ ਹੁੰਦਾ ਜਦੋਂ ਮੈਰਿਜ ਫੰਕਸ਼ਨ ਕੋਈ ਫੰਕਸ਼ਨ ਹੋਵੇ ਸਾਰੇ ਇਕੱਠੇ ਹੁੰਦੇ ਨੇ ਜਦੋਂ ਮੇਲ ਮਿਲਾਪ ਹੁੰਦਾ ਔਰ ਪਿਆਰ ਵੱਧਦਾ ਇੱਕ ਵਾਰ ਫਿਰ ਮੈਂ ਪੰਛੀ ਸਾਹਿਬ ਦਾ ਔਰ ਸਾਡੇ ਗੁਰਦੀਪ ਜੀ ਦਾ ਧਾਲੀਵਾਲ ਦਾ ਸ਼ੁਕਰੀਆ ਅਦਾ ਕਰਨਾ ਔਰ ਜਿਨ੍ਹਾਂ ਨੇ ਬਹੁਤ ਸਾਰੇ ਆਪਣੇ ਸਟੇਜਾਂ ਕੀਤੀਆਂ ਬਹੁਤ ਸਾਰੇ ਫਿਲਮਾਂ ਕੀਤੀਆਂ ਔਰ ਬਹੁਤ ਸਾਰਾ ਪਿਆਰ ਦੇ ਰਹੇ ਨੇ ਜਦੋਂ ਵੀ ਜਾਈਏ ਬੜਾ ਪਿਆਰ ਥੈਂਕ ਯੂ ਸਤਿ ਸ਼੍ਰੀ ਅਕਾਲ